शाबाश मेरे बहादुरो, तुसी कमाल कर दिती। किन्ना प्यारा बच्चा है, किन्ना सोहना फुल है, किन्नी सोहनी तस्वीर है, किन्नी वधिया इमारत है, किड्डी सोहनी कुड़ी है, किड्डा मूर्ख मुंडा है। ओ जित गया, ओ जित गया, चक ते फटे। अफसोस विचारे दी लत टुट गई। हाय मैं बर्बाद हो गया। प्यारे विद्यार्थियों, अचानक अजिहे वाक सुन के तुसी हैरान हो गए होवोंगे। गल ही हैरानी वाली है। प्यारे विद्यार्थियों, अज दा जिहड़ा टॉपिक है वह भी तो हैरानी वाला ही है। प्यारे विद्यार्थियों, जिहड़े वाक तुसी हुण सुने ते देखे, इन्हां वाकां नूं आपां अंग्रेजी दे विच एक्सक्लेमेटरी सेंटेंसेस कहिंदे हां। अज आपां जाणांगे कि एक्सक्लेमेटरी सेंटेंसेस दी परिभाषा की है ते एक्सक्लेमेटरी सेंटेंसेस नूं नरेशन दे विच आपां सॉल्व किवें करना है। प्यारे विद्यार्थियो, अपना टॉपिक है नरेशन ते सब टॉपिक है हाउ टू सॉल्व एक्सक्लेमेटरी सेंटेंसेस इन नरेशन। आओ आपां पहलां एक्सक्लेमेटरी सेंटेंसेस दी परिभाषा डेफिनेशन सीख लेंदे। डियर स्टूडेंट्स, डेफिनेशन ऑफ एक्सक्लेमेटरी सेंटेंस इज अ सेंटेंस इज कॉल्ड एक्सक्लेमेटरी सेंटेंस इफ इट एक्सप्रेसेस अ सडन फीलिंग ऑफ जॉय और सोरो। एक वाक नूं हैरानीजनक वाक कहा जाता है जेकर यह वाक अचानक पैदा हुए खुशी जां गमी दे भाव नूं व्यक्त करता है। प्यारे विद्यार्थियो, की हुंदा है कि साडी जिंदगी दे विच दुख भी आउंदे रहिंदे ने ते सुख भी आउंदे रहिंदे ने। कदे सानूं गम हुंदा ते कदे सानूं खुशी हुंदी है। जदों अचानक साडे अंदर कोई खुशी दा भाव ज्यादा ही पैदा हो जाए जां अचानक कोई हैरानीजनक ढंग नाल सानू दुख महसूस होवे तो उदों साडियां भावनावां नूं व्यक्त करन वास्ते जिहड़े शब्द साडे मूंह दे विचों निकलदे ने उहनां नाल जिहड़ा वाक बनदा है उस नूं आपां हैरानीजनक वाक कहिंदे आ। क्यों? क्योंकि आपां पहलां हैरान होए हुंदे हां, फिर साडे मूंह दे विचों उह शब्द निकल के वाक बनाउंदे हां। तां कहिण दा भाव इह है कि जदों आपां आपदे खुशी जां गमी ਦੇ ਭਾਵ ਨੂੰ ਰੋਕ ਨਾ ਪਾਈਏ ਤੇ ਤੁਰੰਤ ਵਿਅਕਤ ਕਰ ਦਈਏ ਤਾਂ ਉਹ ਜਿਹੜੇ ਵਾਕ ਨਾਲ ਆਪਾਂ ਆਪਦੇ ਭਾਵ ਨੂੰ ਖੁਸ਼ੀ ਵਾਲੇ ਜਾਂ ਗਮੀ ਵਾਲੇ ਨੂੰ ਵਿਅਕਤ ਕਰ ਰਹੇ ਹਾਂ ਉਸ ਵਾਕ ਨੂੰ ਹੈਰਾਨੀਜਨਕ ਵਾਕ ਅੰਗਰੇਜ਼ੀ ਦੇ ਵਿੱਚ ਐਕਸਕਲੇਮੇਟਰੀ ਸੈਂਟੈਂਸ ਕਹਿੰਦੇ ਹਨ। ਤੁਹਾਡੀ ਮਦਦ ਦੇ ਲਈ ਪੰਜਾਬੀ ਵਿੱਚ ਵੀ ਲਿਖ ਦਿੱਤਾ ਹੈ। ਇੱਕ ਵਾਕ ਨੂੰ ਹੈਰਾਨੀਜਨਕ ਵਾਕ ਜਾਂ ਹੈਰਾਨੀਜਨਕ ਵਾਚ ਕਿਹਾ ਜਾਂਦਾ ਹੈ ਜੇਕਰ ਇਹ ਵਾਕ ਅਚਾਨਕ ਪੈਦਾ ਹੋਏ ਖੁਸ਼ੀ ਜਾਂ ਦੁੱਖ ਦੇ ਭਾਵ ਨੂੰ ਵਿਅਕਤ ਕਰਦਾ ਹੈ। ਪਿਆਰੇ ਵਿਦਿਆਰਥੀਓ, ਪਹਿਲਾਂ ਆਪਾਂ ਕੁਝ ਸੈਂਟੈਂਸ ਸਟੱਡੀ ਕਰ ਲੈਂਦੇ ਹਾਂ, ਇਹ ਦੇਖ ਲੈਂਦੇ ਹਾਂ ਕਿ ਉਹਨਾਂ ਤੋਂ ਆਪਾਂ ਕਿਸ ਤਰ੍ਹਾਂ ਇਨਡਾਇਰੈਕਟ ਨਰੇਸ਼ਨ ਬਣਾਉਣਾ ਹੈ, ਫਿਰ ਆਪਾਂ ਉਹਨਾਂ ਨਾਲ ਸੰਬੰਧਿਤ ਨਿਯਮ ਬਣਾ ਦੇਵਾਂਗੇ। ਦ ਪਲੇਅਰ ਸੈਡ ਹਰਰਾ ਵੀ ਹੈ ਵਨ ਦਾ ਮੈਚ। ਤਾਂ ਆਪਾਂ ਕਿਉਂਕਿ ਇਹਦੇ ਚ ਖੁਸ਼ੀ ਦਾ ਭਾਵ ਹੈ, ਖੁਸ਼ੀ ਦਾ ਭਾਵ ਦਿਖਾਉਣ ਵਾਸਤੇ ਸਾਡੇ ਕੋਲੋਂ ਹੈ ਦ ਪਲੇਅਰਸ ਐਕਸਕਲੇਮ ਵਿਦ ਜੋਏ ਦੈਟ ਜਿਹੜਾ ਵੀ ਵਰਡ ਹੈਗਾ ਇਹ ਕਿਉਂਕਿ ਫਸਟ ਪਰਸਨ ਹੈ, ਫਸਟ ਪਰਸਨ ਨੂੰ ਆਪਾਂ ਹਮੇਸ਼ਾ ਹੀ ਸਬਜੈਕਟ ਦੇ ਮੁਤਾਬਕ ਚੇਂਜ ਕਰਦੇ ਹਾਂ। ਸਬਜੈਕਟ ਕੀ ਹੈ? ਦ ਪਲੇਅਰਸ, ਜ਼ਿਆਦਾ ਜਣੇ, ਦੇ ਹੈਵ ਦਾ ਕੀ ਹੋ ਜਾਏਗਾ? ਹੈਡ। ਕਿਉਂ ਹੋ ਜਾਏਗਾ? ਕਿਉਂਕਿ ਪਾਸਟ ਟੈਂਸ ਰਿਪੋਰਟਿੰਗ ਸਪੀਚ ਦੇ ਵਿੱਚ ਹੈ। ਦ ਪਲੇਅਰਸ ਐਕਸਕਲੇਮਡ ਵਿਦ ਜੋਏ ਦੈਟ ਦੇ ਹੈਡ ਵਨ ਦਾ ਮੈਚ।
ਜਿਹੜਾ ਸਾਈਨ ਆਫ ਐਕਸਕਲੇਮੇਸ਼ਨ ਹੈ ਉਹ ਆਪਾਂ ਹਟਾ ਦੇਣਾ। ਨੈਕਸਟ ਸੈਂਟੈਂਸ ਇਸ ਦ ਓਲਡ ਮੈਨ ਸੈਡ ਅਲਾਸ ਮਾਈ ਓਨਲੀ ਸਨ ਇਸ ਡੈਡ। ਬੁੱਢੇ ਆਦਮੀ ਨੇ ਕਿਹਾ ਹਾਏ ਮੇਰਾ ਇਕਲੌਤਾ ਪੁੱਤਰ ਹੀ ਮਰ ਗਿਆ। ਤਾਂ ਅਫਸੋਸ ਵਾਲੀ ਗੱਲ ਹੈ, ਇਸ ਦੇ ਵਿੱਚ ਦੁੱਖ ਵਾਲੀ ਗੱਲ ਹੈ। ਜਦੋਂ ਦੁੱਖ ਵਾਲੀ ਗੱਲ ਹੋਵੇ ਤਾਂ ਆਪਾਂ ਖੁਸ਼ੀ ਵੇਲੇ ਜਿੱਥੇ ਲਿਖਿਆ ਸੀ ਐਕਸਕਲੇਮਡ ਵਿਦ ਜੋਏ, ਦੁੱਖ ਵੇਲੇ ਆਪਾਂ ਲਿਖ ਦਿੰਦੇ ਐਕਸਕਲੇਮਡ ਵਿਦ ਸੋਰੋ। ਤਾਂ ਇਸ ਦਾ ਆਂਸਰ ਦੇ ਦੋ ਕੀ ਬਣੇਗਾ, ਦ ਓਲਡ ਮੈਨ ਐਕਸਕਲੇਮਡ ਵਿਦ ਸੋਰੋ। ਸੋਰੋ ਮਤਲਬ ਦੁੱਖ। ਮੈਂ ਕਿਹੜਾ ਪਰਸਨ ਹੈ, ਫਸਟ ਪਰਸਨ। ਫਸਟ ਪਰਸਨ ਨੂੰ ਹਮੇਸ਼ਾ ਆਪਾਂ ਸਬਜੈਕਟ ਦੇ ਮੁਤਾਬਕ ਬਦਲਣਾ ਹੁੰਦਾ। ਓਲਡ ਮੈਨ ਹੀ, ਤਾਂ ਕੀ ਹੋ ਜਾਏਗਾ ਮੇਰਾ ਉਸਦਾ, ਉਸਦਾ ਵਾਸਤੇ ਕੀ ਹੈ ਹਿਜ। ਦ ਓਲਡ ਮੈਨ ਐਕਸਕਲੇਮਡ ਵਿਦ ਸੋਰੋ ਦੈਟ ਹਿਸ ਓਨਲੀ ਸਨ, ਇਸਦਾ ਕੀ ਹੋ ਜਾਏਗਾ ਵੋਸ। ਵੋਸ ਕਿਉਂ ਹੋ ਗਿਆ, ਕਿਉਂਕਿ ਜਿਹੜਾ ਰਿਪੋਰਟਿੰਗ ਵਰਬ ਹੈ, ਰਿਪੋਰਟਿੰਗ ਸਪੀਚ ਹੈ, ਉਹਦਾ ਟੈਂਸ ਜਿਹੜਾ ਪਾਸਟ ਟੈਂਸ ਹੈ। ਇਸ ਕਰਕੇ ਜਦੋਂ ਆਪਾਂ ਇਨਵਰਟਡ ਕੋਮੇ ਹਟਾਵਾਂਗੇ ਸਾਰੇ ਵਾਕ ਦਾ ਟੈਂਸ ਜਿਹੜਾ ਸਾਨੂੰ ਪਾਸਟ ਟੈਂਸ ਕਰਨਾ ਪਵੇਗਾ। ਤਾਂ ਪਿਆਰੇ ਵਿਦਿਆਰਥੀਓ, ਇਹ ਦੋ ਸੈਂਟੈਂਸ ਤੁਸੀਂ ਬੜੇ ਆਸਾਨੀ ਨਾਲ ਸਿੱਖ ਲਏ। ਜੇ ਖੁਸ਼ੀ ਹੋਵੇ ਤਾਂ ਆਪਾਂ ਵਰਡਸ ਯੂਜ ਕਰਨੇ ਨੇ ਐਕਸਕਲੇਮਡ ਵਿਦ ਜੋਏ, ਜੇ ਦੁੱਖ ਹੈ ਐਕਸਕਲੇਮਡ ਵਿਦ ਸੋਰੋ। ਹੁਣ ਜਦ ਸਾਨੂੰ ਖੁਸ਼ੀ ਹੋਊਗੀ ਤੇ ਜਾਂ ਸਾਨੂੰ ਗਮੀ ਹੋਊਗੀ। ਗੱਲ ਆਉਂਦੀ ਹੈ ਕਿ ਜੇਕਰ ਕੋਈ ਹੋਰ ਫੋਰਮੈਟ ਆ ਜਾਂਦਾ, ਹੋਰ ਫੋਰਮੈਟ ਤੋਂ ਭਾਵ ਹੈ ਵਟ ਹਾਓ, ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਆਪਾਂ ਕਿਵੇਂ ਡੀਲ ਕਰਨਾ। ਆਂਸਰ ਕੀ ਆਵੇਗਾ, ਹੀ ਐਕਸਕਲੇਮਡ that she was a very beautiful girl. ਪਿਆਰੇ ਵਿਦਿਆਰਥੀਓ, ਤੁਹਾਡੇ ਦਿਮਾਗ ਦੇ ਵਿੱਚ ਇੱਕ ਪ੍ਰਸ਼ਨ ਹੋਰ ਪੈਦਾ ਹੋ ਗਿਆ ਹੋਊਗਾ, ਉਹ ਇਹ ਕਿ ਸਰ ਪਹਿਲਾਂ ਤੁਸੀਂ ਲਗਾਉਂਦੇ ਸੀ ਐਕਸਕਲੇਮਡ ਵਿਦ ਜੋਏ ਤੇ ਹੁਣ ਤੁਸੀਂ ਕੱਲਾ ਐਕਸਕਲੇਮਡ ਲਾਇਆ, ਇਹਦੀ ਕੀ ਵਜ੍ਹਾ? ਤਾਂ ਪਿਆਰੇ ਵਿਦਿਆਰਥੀਓ, ਹੁਣ ਸਾਨੂੰ ਕੱਲੀ ਹੈਰਾਨੀ ਹੋਈ ਹੈ। ਅਸੀਂ ਕਿਸੇ ਸੁੰਦਰ ਲੜਕੀ ਨੂੰ ਦੇਖਿਆ ਤੇ ਸਾਡੇ ਅੰਦਰ ਭਾਵ ਪੈਦਾ ਹੋਏ ਹੈਰਾਨੀ ਦੇ। ਹਾਲਾਂਕਿ ਥੋੜੀ ਬਹੁਤੀ ਖੁਸ਼ੀ ਹੈਗੀ ਹੈ, ਪਰ ਜ਼ਿਆਦਾ ਖੁਸ਼ੀ ਨਹੀਂ ਹੈਗੀ। ਇਸ ਕਰਕੇ ਕੱਲਾ ਆਪਾਂ ਲਾਇਆ ਐਕਸਕਲੇਮਡ। ਜ਼ਿਆਦਾ ਖੁਸ਼ੀ ਤਾਂ ਸਾਨੂੰ ਉਦੋਂ ਹੋਊਗੀ ਜਦੋਂ ਸਾਡੀ ਦੋਸਤੀ ਹੋ ਜੂਗੀ ਉਸ ਲੜਕੀ ਨਾਲ। ਉਦੋਂ ਸਾਡੇ ਅੰਦਰ ਕਿਹੋ ਜਿਹੇ ਭਾਵ ਪੈਦਾ ਹੋਣਗੇ? ਸਾਨੂੰ ਹਰ ਕੱਟਾ ਵੱਛਾ, ਦਰਵਾਜ਼ਾ, ਕੰਧ, ਕੁੱਤਾ, ਬਿੱਲੀ, ਸਾਰਾ ਕੁਛ ਚੰਗਾ ਲੱਗਣ ਲੱਗ ਜੂਗਾ। ਉਦੋਂ ਸਾਡੇ ਕੋਲ ਟਿਕਿਆ ਨਹੀਂ ਜਾਣਾ, ਅਸੀਂ ਇੱਧਰ ਉੱਧਰ ਭੱਜੇ ਫਿਰਾਂਗੇ। ਉਸ ਵਕਤ ਜਿਹੜੇ ਭਾਵ ਸਾਡੇ ਅੰਦਰ ਪੈਦਾ ਹੋਣਗੇ ਉਹ ਖੁਸ਼ੀ ਤੇ ਨਾਲ ਹੈਰਾਨੀ ਵਾਲੇ ਦੋਨਾਂ ਭਾਵ ਪੈਦਾ ਹੋਣਗੇ। ਉਦੋਂ ਜਿਹੜੀ ਸਾਡੀ ਸਥਿਤੀ ਹੋਊਗੀ, ਉਦੋਂ ਜੇਕਰ ਸਾਡੇ ਮੂੰਹ ਦੇ ਵਿੱਚੋਂ ਕੋਈ ਸ਼ਬਦ ਨਿਕਲਦੇ ਨੇ, ਉਹਨਾਂ ਨਾਲ ਵਾਕ ਬਣਦਾ, ਉਦੋਂ ਜਿਹੜਾ ਵਾਕ ਬਣੂਗਾ, ਜਿਹੜਾ ਹੈਰਾਨੀਜਨਕ ਵਾਕ ਬਣੂਗਾ, ਉਦੋਂ ਆਪਾਂ ਐਕਸਕਲੇਮਡ ਵਿਦ ਜੋਏ ਲਗਾਵਾਂਗੇ। ਪਰ ਹੁਣ ਤੱਕ ਕੱਲੀ ਹੈਰਾਨੀ ਹੈ, ਇਸ ਕਰਕੇ ਆਪਾਂ ਕੀ ਕਵਾਂਗੇ? ਐਕਸਕਲੇਮਡ। ਹੀ ਐਕਸਕਲੇਮਡ ਦੈਟ ਸ਼ੀ ਵਾਜ ਅ ਵੈਰੀ ਬਿਊਟੀਫੁਲ ਗਰਲ। ਨੈਕਸਟ, ਸ਼ੀ ਸੈਡ ਵਟ ਅ ਫਾਈਨ ਬਿਲਡਿੰਗ ਇਟ ਇਜ਼। ਉਸਨੇ ਕਿਹਾ ਕਿੰਨੀ ਸੁੰਦਰ ਇਮਾਰਤ ਹੈ। ਤਾਂ ਪਿਆਰੇ ਵਿਦਿਆਰਥੀਓ, ਇੱਥੇ ਵੀ ਉਹੀ ਗੱਲ ਹੈ। ਪ੍ਰਸ਼ਨ ਨਹੀਂ ਕੀਤਾ ਕਿ ਭਾਈ ਇਹ ਵਧੀਆ ਇਮਾਰਤ ਹੈ ਜਿਹੜੀ, ਇਹ ਕਿੰਨੀ ਵਧੀਆ, ਇਹ ਕਿਲੋ ਵਧੀਆ, 2 ਕਿਲੋ ਵਧੀਆ, ਕਿ ਮਣ ਪੱਕੀ ਵਧੀਆ। ਗੱਲ ਸਿਰਫ ਆਪਦੇ ਭਾਵ ਨੂੰ ਵਿਅਕਤ ਕਰਨ ਦੀ ਹੈ। ਤਾਂ
इस दा की आंसर आ जाएगा शी एक्सक्लेम। That it was a fine building. इत्थे भी तुहाडे उस प्रश्न का जवाब उही है। प्रश्न केड़ा के एक्सक्लेम्ड कला क्यों लाया? प्यारे विद्यार्थियों किसी की बिल्डिंग है, देख के सानू हैरानी तो हुई है, सानू बिल्डिंग मिलता नहीं गई, साड़ी तो नहीं बन गई वो बिल्डिंग। जे वो बिल्डिंग साड़ी बन गई जिहड़ी कि बहुत वधिया है तां सानू खुशी होवेगी। ते जिहड़े शुरू शुरू तो जदों वह मिलेगी उस दिन उही घंटा जिहड़े भाव साडे अंदर आउणगे उदों जिहड़े वाक बनणगे उन्हां वाकां वास्ते आपां एक्सक्लेम्ड विद जॉय लगा सकते हैं। Next sentence is the student said how tough the question paper is। विद्यार्थी ने कहा प्रश्न पत्र कितना औखा है। तो प्यारे विद्यार्थियों किन्ने तो भाव वो ये नहीं पूछ रहा कि यह वास्तव दे विच पाइया औखा है कि अधा किलो औखा है। प्यारे विद्यार्थियों वो ये कहना चाहता है कि पेपर बहुत औखा है। हुण जिहड़ी उहदी इह भावना है इसे नूं आपां इनडायरैक्ट नरेशन दे विच व्यक्त कर देना। द स्टूडेंट एक्सक्लेम दैट द क्वेश्चन पेपर was very tough। The student exclaimed that the question paper was very tough। Next sentence is she said how sad you look। उसने कहा तू कितना उदास लगता है। तो उस लड़की का भाव यह सी कि तू बहुत उदास दिखाई दे रहा है। तो इस गल नूं आपां इनडायरैक्ट नरेशन दे विच व्यक्त कर देवांगे। इस दे विच शी सैड उस तो बाद ऑब्जेक्ट नहीं लग्या हुआ तो आपां ऑब्जेक्ट की कल्पना कर लेनी है। आपां की लिख सकते हैं शी सैड to me बाकी बात कुछ आप जो आंसर बनावांगे तो किवें बनेगा she exclaimed that जेड़ा you है इस नूं बदलांगे आपां। you हैगा second person। सैकंड परसन आप ऑब्जेक्ट के मुताबिक बदलते हाँ। ऑब्जेक्ट आप कल्पना की है कि मी है उसने मैनू कहा तो इतने आप मी मुताबिक जो यू नू चेंज करा यू का मतलब तू मी तो मी के मुताबिक बदलांगे तो मैं शी एक्सक्लेम्ड दैट आई लुक वेरी सैड। प्यारे विद्यार्थियों जेड़े आपां सेंटेंसेस स्टडी कर लेने उन्हां दे आधार ते आपां कुछ निजम बना लेने ओ निजम ओ रूल्स केड़े ने आओ देखते हां। रूल नंबर 1 रिपोर्टिंग वर्ब से सेड बदल जाएगा एक्सक्लेम रिग्रेट एडमिट कॉन्फेस क्राई आउट आदि विच। सेकेंड रूल हर्रा अलास ब्रेवो आदि शब्द हटा दो अते जोए सोरो अपलाड आदि शब्द वरतो। थर्ड है
वट हाउ नूवी हटा रहे हो। फोर्थ रूल हैरानीजनक चिन्ह साइन ऑफ एक्सक्लेमेशन हटा के फुल स्टॉप लगाओ। एग्जाम्पल द कैप्टन सेड ब्रेवो माय सोल्जियर्स यू हैव वन द बैटल। उस कैप्टन ने कहा शाबाश मेरे सिपाहियों तुसी युद्ध नूं जित लिया है। इनडायरेक्ट नरेशन दे विच द कैप्टन अपलॉटेड हिज सोल्जियर्स सेइंग दैट दे हैड वन द बैटल। उस कैप्टन ने अपने सिपाहियों नूं शाबाश दिंदे होया कहा कि उन्होंने युद्ध जित लिया सी। नेक्स्ट सेंटेंस इज ही सेड अलास आई हैव फेल्ड। उसने कहा हाय मैं फेल हो गया। आंसर ही एक्सक्लेम्ड विद सोरो दैट ही हैड फेल्ड। उसने दुख नाल हैरान होंदे हुए कहा कि वह फेल हो गया सी। नेक्स्ट सेंटेंस द टीचर सेड आह व्हाट अ फुलिश मैन आई हैव टू डील विथ। अध्यापक ने कहा आह किन्ने मूर्ख बंदे नाल मेरा वाह पै गया। द टीचर एक्सक्लेम्ड विद रिग्रेट दैट उस अध्यापक ने पछतावे नाल हैरान होंदे हुए कहा कि ही हैव टू डील विद वेरी फुलिश मैन। उसका वाह बहुत ही ज्यादा मूर्ख आदमी नाल पै गया। अध्यापक ने पछतावे नाल हैरान होंदे हुए कहा कि उसका वाह बहुत ही ज्यादा मूर्ख बंदे नाल पै गया सी। प्यारे विद्यार्थियों हर अध्यापक वांग मेरी भी यही कोशिश होंदी है कि मैं अपने विषय नूं वध तो वध सौखा बना दें विद्यार्थियों वास्ते ते ओ दिलचस्पी वाला भी होवे। इस करके मैं वखरियां वखरियां उदाहरणां दा उपयोग करता हाँ। प्यारे विद्यार्थियों कहा जाता है अ टीचर शुड बी अ फ्रेंड अ फिलोसफर एंड अ गाइड। अज दा जिहड़ा मेरा टॉपिक सी ये मैं तुहाडा दोस्त बन के तुहानू समझाउण दी कोशिश कीती है। जेकर तुहानू लगता है कि अज दी वीडियो तो तुसी कुछ सिख्या है तो कृपा करके इस वीडियो नूं वध तो वध शेयर कर दो। तुसी मेरियां वीडियोज़ नूं पसंद करते हो तो शेयर भी करते हो चैनल भी सबसक्राइब करने वास्ते दूजे नूं कह रहे हो तो हाड़ा मेरियां वीडियोज़ नूं देखण ते सलाउण ते बहुत बहुत धन्यवाद। दोस्तों फिजिकल एजुकेशन तो इलावा तुसी इस चैनल ते इंग्लिश हिस्ट्री एनवायरमेंट समाज सेवा कोरोना केयर आदि अनेक टॉपिक्स ते वीडियो वेख सकते हो। चैनल नू सबसक्राइब करन ते धन्यवाद। यूट्यूब दी सर्च बार दे विच आपां दिनेश एजुकेशन एंड स्पोर्ट्स लिखना है साढ़े कोलों एक नवा पेज आ जाएगा। उन्दे उपरले पासे लिखा हुआ है दिनेश एजुकेशन एंड स्पोर्ट्स ते हेठा ऑप्शन दिती है सबसक्राइब दी। तुसी डायरेक्ट इत्थों भी सबसक्राइब कर सकते हो। जेकर कोई वीडियो देख रहे हो जिवें कि आपां चैनल खोल लिया ते आपां कोई वीडियो देख रहे हाँ ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਣਗੀਆਂ ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ ਇੱਥੇ ਜਿੱਥੇ ਫੋਟੋ ਲੱਗੀ ਹੈ ਹੇਠਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਿਆ ਹੋਇਆ ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ ਅਤੇ ਤੁਹਾਡੇ ਕੋਲ ਤਿੰਨ ਆਪਸ਼ਨਸ ਆਣਗੀਆਂ ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ ਤਿੰਨ ਆਪਸ਼ਨਸ ਆਣਗੀਆਂ ਉਹਦੇ ਉੱਪਰ ਲਿਖਿਆ ਹੋਇਆ ਆਲ ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾਇਆ ਕਰੇ। ਸਬਸਕ੍ਰਾਈਬ ਕਰਨ ਲਈ ਅਤੇ ਵੀਡੀਓਜ਼ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।